ਸਾਡੇ ਨਕੋਦਰ ਵਿੱਚ ਕੋਈ ਧੜੇਬੰਦੀ ਨਹੀਂ ਅਸੀਂ ਤਾਂ ਪਿਛਲੇ ਸਾਲ ਹੀ ਉੱਥੇ 11 ਸੀਟਾਂ ਜਿੱਤੇ ਹਮ ਮਿਊਨਿਸਪਲ ਕੌਂਸਲਰ ਦੀਆਂ ਦਈਆ ਸਾਹਿਬ ਕੋ ਬਾਹਰ ਲੈਣੀ ਹੈਗੇ ਬਿੱਲੀ ਪੁੱਲਰ ਵਿੱਚ ਲੀਕ ਵਜੀ ਆ ਸਾਡੇ ਹਲਕੇ ਦੇ ਆ ਨਕੋਦਰ ਖੇਡੇ ਆ ਨਕੋਦਰ ਸਾਡੇ ਇੱਕ ਗਰਾਉਂਡਾਂ ਵਿੱਚ ਖੇਡੇ ਆ ਲੋਕਲ ਬੜੇ ਆ ਸਾਰਾ ਕੁਝ ਨਕੋਦਰ ਅਕੇ ਬਾਹਰ ਲੈ ਕੈਂਡੀਂਟੀ ਹੈਗੇ ਦਈਆ ਸਾਹਿਬ ਨਕੋਦਰ ਦੇ ਕਿੰਨੇ ਇੱਕ ਦਿਨ ਦੇ ਵਿੱਚ ਸਾਰੇ ਸਾਡੇ ਸਾਥੀ ਮੜਾ ਮੋਟਾ ਮਾਨ ਮਟਾ ਅਸੀਂ ਭੈਣ ਭਰਾਵਾਂ ਦਾ ਘਰ ਵਿੱਚ ਬੈਠ ਕੇ ਹੋ ਗਿਆ ਵੱਡੀ ਗੱਲ ਨਹੀਂ ਹੈਗੀ ਸਾਰਾ ਹੋ ਗਿਆ ਇੱਕ ਦਿਨ ਵਿੱਚ ਸਾਰਾ ਸੌਟ ਆਊਟ ਹੋ ਗਿਆ ਜਿਹੜਾ ਪਿੰਡ ਦਾ ਵਿਕਾਸ ਆ ਪਹਿਲਾਂ ਜੋ ਹੋਇਆ ਥੋੜੋ ਥੋੜਾ ਚੱਲਦਾ ਪਰ ਜਿਹੜੇ ਪਿਛਲੇ 5 ਸਾਲ ਦੇ ਵਿੱਚੋਂ ਲਗਭਗ 4.2 ਕਰੋੜ ਦੀ ਮੈਂ ਵੀਰਪਿੰਡ ਵਿੱਚ ਸੜਕ ਬਣਾਈ ਬੰਧਿਆ ਸਾਰੀ ਪਰ ਮੈਂ ਜਿਹੜੀ ਮੇਰੇ ਕੋਲ ਜਦੋਂ ਪਾਵਰ ਆਈ ਪ੍ਰਮਾਤਮਾ ਨੇ ਦਿੱਤੀ ਤਾਂ ਮੈਂ ਬਹੁਤ ਵੱਡੇ ਪੱਧਰ ਤੇ ਬਟੀਆਂ ਸੜਕਾਂ ਵੀਰਪਿੰਡ ਵਿੱਚ ਬਣਾਈਆਂ ਔਰ ਆਪਣੇ ਵੀਰਪਿੰਡ ਨੂੰ ਇੱਕ ਸ਼ਹਿਰ ਦੀ ਸਹੂਲਤਾਂ ਮੈਂ ਹੀ ਨਹੀਂ ਪੰਜਾਬ ਦੇ ਲੋਕ ਸਾਰੇ ਅੱਜ ਇੱਕ ਆਮ ਇਨਸਾਨ ਨੂੰ ਸਾਡੇ ਤੁਹਾਡੇ ਜੁਟ ਕੇ ਜਿਹੜੇ ਕਪਟਨ ਦੇ ਬਰੇਡਰ ਬੈਠਣ ਵਾਲਾ ਮੁਖਮੰਤੀ ਸਰ ਚਾਂਦੇ ਜੀ ਸੰਨੀ ਚਾਂਦੀ ਅਨੁਸਾਰਿਤ ਪੱਜਾ 14 ਉਹ ਸੀਐਮ ਹੋਣ ਸਾਡੇ ਲੋਕਾਂ ਦੇ ਵਿੱਚ ਕਿਹਾ ਹੈ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਲਵਲੀ ਕੁਮਾਰ ਸੋ ਦੋਸਤੋ ਸਾਡੇ ਨਾਲ ਮੌਜੂਦ ਨੇ ਜਸਬੀਰ ਉਪਲ ਜੀ ਮਾਰਕੀਟ ਕਮੇਟੀ ਚੇਅਰਮੈਨ ਨਕੋਂਦਰ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਨਕੋਦਰ ਹਲਕੇ ਦੀ ਸਥਿਤੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਨਕੋਦਰ ਹਲਕੇ ਦੇ ਇਸ ਵਕਤ ਦੇ ਹਾਲਾਤ ਕੀ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਡਾਕਟਰ ਨਵਜੋਤ ਸਿੰਘ ਦਈਆ ਨੂੰ ਐਡੇ ਕੈਂਡੀਡੇਟ ਐਲਾਨਿਆ ਗਿਆ ਸੀਗਾ ਤਾਂ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਗੱਲ ਕਰਦੇ ਆ ਉਪਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਿਰੋਧ ਤਾਂ ਕਈ ਭੈਣ ਭਰਾਵਾਂ ਵਿੱਚ ਹੋ ਜਾਂਦਾ ਜੀ ਜਦੋਂ ਬੰਦੇ ਦੀ ਕਿਤੇ ਕਿਸੇ ਦੀ ਨਾ ਲੜਦੀ ਇਹ ਤੋਂ ਲੜਦੀ ਕਿ ਲੜਦੀ ਹੈ ਇਹ ਤਾਂ ਭੈਣ ਲੜਦੀ ਹੈ ਕਿ ਉਹ ਪਿਆਰ ਕਰਦੀ ਹੈ ਜੀ ਇਹ ਸਾਡੇ ਇਹ ਹੀ ਹੈ ਭੈਣ ਭਰਾ ਵਾਲਾ ਪਿਆਰ ਆ ਇਹ ਕੋਈ ਵਿਰੋਧ ਨਹੀਂ ਸੀ ਕੁਝ ਟਿਕਟ ਮੰਗ ਰਿਆ ਸੀ ਡਾਕਟਰ ਸਾਹਿਬ ਨੂੰ ਟਿਕਟ ਦੇ ਦਿੱਤੀ ਹਾਈ ਕਮਾਂਡ ਨੇ ਅਸੀਂ ਨਾਲ ਗਏ ਉਹਨਾਂ ਦੇ ਜਾ ਕੇ ਅਸੀਂ ਪਰੋਠਾ ਕੀਤਾ ਕਿ ਡਾਕਟਰ ਸਾਹਿਬ ਵਧੀਆ ਕਾਬਲ ਇਨਸਾਨ ਆ ਟਿਕਟ ਦਿਓ ਇਹਨਾਂ ਨੂੰ ਬਹੁਤ ਵਧੀਆ ਜਿੱਤਾਂਗੇ ਸਰ ਗੱਲ ਕਰੀਏ ਨਕੌਦਰ ਹਲਕੇ ਦੀ ਕਾਫੀ ਸਮਾਂ ਸਰਦਾਰ ਅਮਰਜੀਤ ਸਿੰਘ ਸਮਰਾ ਇਥੋਂ ਨੁਮਾਇੰਦਗੀ ਕਰਦੇ ਰਹੇ ਨੇ ਹਲਕੇ ਦੀ ਤੇ ਇਸ ਵਾਰ ਵੀ ਪਾਰਟੀ ਨੇ ਉਹਨਾਂ ਨੂੰ ਮੋਹਰੇ ਕੀਤਾ ਸੀਗਾ ਕਿ ਤੁਸੀਂ ਚੋਣ ਲੜੋ ਪਰ ਉਹ ਚੋਣ ਨਹੀਂ ਲੜੇ ਉਸ ਤੋਂ ਬਾਅਦ ਇਹ ਵਿਰੋਧ ਹੋਇਆ ਪਰ ਜਿਹੜਾ ਵਿਰੋਧ ਹੋਇਆ ਕੀ ਲੱਗਦਾ ਵੀ ਕਾਂਗਰਸ ਪਾਰਟੀ ਜਿਹੜੀ ਧੜੇਬੰਦੀ 'ਚ ਵੰਡੀ ਹੋਈ ਸੀ ਉਹਨੂੰ ਤੋੜਨ ਦੇ ਵਿੱਚ ਕਾਮਯਾਬ ਰਹੂਗੀ ਕਿ ਨਹੀਂ ਦੀ ਸਾਡੇ ਨਕੋਦਰ ਵਿੱਚ ਕੋਈ ਧੜੇਬੰਦੀ ਨਹੀਂ ਜੀ ਅਸੀਂ ਤਾਂ ਪਿਛਲੇ ਸਾਲ ਹੀ ਉੱਥੇ 11 ਸੀਟਾਂ ਜਿੱਤੇ ਮਿਊਸਪਲ ਕਾਉਂਸਲਰ ਦੀਆਂ ਜੀ ਔਰ ਨੂਰ ਮਹਿਲ ਵੀ ਜਿੱਤੇ ਅਸੀਂ ਬਿਲਗੇ ਵੀ ਜਿੱਤੇ ਹੋਏ ਆ ਧੜੇਬੰਦੀ ਕੋ ਹੈ ਹੀ ਨਹੀਂ ਸਮਰਾ ਸਾਹਿਬ ਪਹਿਲਾਂ ਕਹਿੰਦੇ ਸੀ ਪਰ ਉਹ ਆਪਣਾ ਬਿਜ਼ਨਸ ਪਾਰ ਕਰਕੇ ਕੁਝ ਉਹਨਾਂ ਦੀਆਂ ਪਾਬੰਦੀਆਂ ਬਸ ਵੀ ਪ੍ਰੋਬਲਮ ਆ ਕੋਈ ਸ਼ੇਅਰ ਉਹਨਾਂ ਦੇ ਮਾਰਕੀਟ ਚਾਣੇ ਸੀ ਇਸ ਕਰਕੇ ਉਹਨਾਂ ਨੇ ਜਿਹੜਾ ਆਪਣੀ ਜਿਹੜੀ ਵਿਡਰੋ ਕੀਤੀ ਆ ਦਈਆ ਸਾਹਿਬ ਤੇ ਹੱਥ ਰੱਖਿਆ ਅੱਜ ਉਹਨਾਂ ਦੇ ਵਾਪਸ ਆ ਮਾਨ ਆ ਉਹਨੂੰ ਮਦਦ ਕਰ ਰਿਹਾ ਉਹਨਾਂ ਨੇ ਪਰ ਸਰ ਗੱਲ ਤਾਂ ਇਹੀ ਹੋ ਗਈ ਕੈਂਡੀਡੇਟ ਇਸ ਵਾਰ ਫੇਰ bari ਪਿਛਲੀ ਵਾਰ ਦੀ ਗੱਲ ਕਰੀਏ ਉਦੋਂ ਬਰਾੜ ਸਾਹਿਬ ਆਏ ਸੀ ਕੁਝ ਦਿਨ ਪਹਿਲਾਂ ਇਸ ਵਾਰ ਸ਼ਾਹਕੋਟ ਹਲਕੇ ਤੋਂ ਦਈਆ ਸਾਹਿਬ ਨੂੰ ਲੈ ਆਂਦਾ ਕੀ ਗੱਲ ਸਰ ਕਾਂਗਰਸ ਦੇ ਕੋਲ ਨਕੋਦਰ ਹਲਕੇ ਦੇ ਵਿੱਚ ਆਪਣਾ ਇੱਕ ਵੀ ਵੋਟਰ ਹੈ ਨਹੀਂ ਜਿਹੜਾ ਕੈਪੇਬਲ ਹੋਵੇ ਵੀ ਨਕੋਦਰ ਸੀਟ ਤੋਂ ਕੈਂਡੀਡੇਟ ਬਣ ਸਕਦਾ ਹੋਵੇ ਜੀ ਦਈਆ ਸਾਹਿਬ ਕੋ ਬਾਹਰ ਲੈ ਨਹੀਂ ਹੈਗੇ ਜੀ ਬਿੱਲੀਪੁੱਲਰ ਵਿੱਚ ਲੀਕ ਵੱਜੀ ਆ ਸਾਡੇ ਹਲਕੇ ਦੇ ਆ ਨਕੋਦਰ ਖੇਡੇ ਆ ਨਕੋਦਰ ਸਾਡੇ ਗਰਾਉਂਡਾਂ ਵਿੱਚ ਖੇਡੇ ਆ ਲੋਕਲ ਪੜੇ ਆ ਸਾਰਾ ਕੁਝ ਨਕੋਦਰ ਅਗੇ ਬਾਹਰਲੇ ਕੈਂਡੀਡੇਟ ਹੀ ਹੈਗੇ ਸਭ ਨਕੋਦਰ ਦੇ ਕੈਂਡੀਡੇਟ ਆ ਜੀ ਸਰ ਗੱਲ ਕਰੀਏ ਨਕੋਦਰ ਦੇ ਵਿਕਾਸ ਦੀ ਤਾਂ ਕਿਵੇਂ ਦੇਖਦੇ ਹੋ ਨਕੋਦਰ ਦਾ ਵਿਕਾਸ ਨਕੋਦਰ ਦਾ ਵਿਕਾਸ ਜੋ ਕਿ ਬਹੁਤ ਕਈ ਵਾਰੀ ਸੀਵਰੇਜ ਦਾ ਪੈਸਾ ਦੱਬਿਆ ਨਹੀਂ ਦਿਸਦਾ ਜੀ ਵੱਡੇ ਪੱਦਰ ਦੇ ਉੱਤੇ ਸਾਡਾ ਸੀਵਰੇਜ ਪ੍ਰਣਾਲੀ ਸਮਰਾ ਸਾਹਿਬ ਨੇ ਸ਼ੁਰੂ ਕੀਤਾ ਸੀ 2006 ਦੇ ਵਿੱਚ ਉਸ ਟਾਈਮ 17 ਕਰੋੜ ਰੁਪਏ ਪਰ ਲਾਗਤ ਵੱਧਦੀ ਵੱਧਦੀ ਉਦੋਂ ਬਾਅਦ 10 ਸਾਲ ਬਾਅਦ ਸਰਕਾਰ ਅਕਾਲੀਆਂ ਦੀ ਆਗਿਓ ਸਟਾਪ ਕਰਤਾ ਪਰ ਅਸੀਂ ਹਾਈ ਕੋਰਟ ਜਾ ਕੇ ਉਹ ਦੁਆਰਾ ਆਰਡਰ ਕਰਵਾ ਕੇ ਸਿਰੇ ਸ਼ੁਰੂ ਕਰਾਇਆ ਹੁਣ ਆਊਟਰ ਸਾਡਾ ਪੈ ਗਿਆ ਆ ਸ਼ੂਗਰ ਮੈਲ ਦਾ ਕਰਕੇ ਅਸੀਂ ਕੰਮ ਬੰਦ ਕੀਤਾ ਪੈਸੇ ਸਾਰੇ ਆਏ ਠੇਕੇਦਾਰ ਜਾਵਾ ਹੋਏ ਜਿਸ ਦਿਨ ਫਿਰ ਸਾਰੀਆਂ ਸੜਕਾਂ ਇਹ ਪ੍ਰੀਮਿਕਸ ਲੁਕ ਸਾਰੀ ਪਾਈ ਜਾਣੀ ਹੁੰਦੀ ਉੱਤੇ ਸਰ ਗੱਲ ਕਰੀਏ ਤੁਸੀਂ ਨਕੋਦਰ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਨਕੋਦਰ ਦਾ ਬੱਸ ਸਟੈਂਡ ਅੱਜ ਤੋਂ ਜਿੱਥੇ 10 ਸਾਲ ਪਹਿਲਾਂ ਖੜਾ ਸੀ ਅੱਜ ਵੀ ਉੱਥੇ ਹੀ ਖੜਾ ਕਾਫੀ ਬਿਲਡਿੰਗ ਦੀ ਹਾਲਤ ਜਿਹੜੀ ਮਾੜੀ ਆ ਕਿਵੇਂ ਦੇਖਦੇ ਹੋ ਵੀ 5 ਸਾਲ ਨੂੰ ਹਲਕੇ ਦੀ ਸਰਕਾਰ ਆਈ ਕਿੱਥੇ ਸਰ ਕਾਮਯਾਬ ਨਕੋਦਰ ਹਲਕੇ ਦੇ ਨਾਲ ਵਿਤਕਰਾ ਕਿਉਂ ਕੀਤਾ ਗਿਆ ਕਾਂਗਰਸ ਦੇ ਵੱਲੋਂ ਬਸ ਸਟੈਂਡ ਤੁਸੀਂ ਗੱਲ ਕਰਦੇ ਹੋ ਬਸ ਸਟੈਂਡ ਦਾ ਕੇਸ ਮਾਨਜੋਗ ਹਾਈ ਕੋਰਟ ਚ ਚੱਲ ਰਿਹਾ ਆ ਵਕਫ ਬੋਰਡ ਦਾ ਤੇ ਮਾਰਕ ਮਿਟੀ ਦਾ ਸਾਡੀ ਮਿਊਸਪਲ ਕਮੇਟੀ ਦਾ ਉਹ ਕੇਸ ਪਿੱਛੇ ਜਾਂ ਡਿਸੀਜਨ ਵੀ ਹੋ ਗਿਆ ਸੀ ਉਹਦਾ ਪਰ ਵਕਫ ਬੋਰਡ ਨੇ ਕਿ ਮੱਦ ਪਾਤੀ ਕਿ ਜੇ ਅਸੀਂ ਬਣਾ ਵੀ ਦਿੰਨੇ ਆ ਤੇ ਕਾਨੂੰਨ ਅਸੀਂ ਹਾਈ ਕੋਰਟ ਚ ਕੇਸ ਜਿੱਤ ਜਾਈਏ ਤੇ ਹੈਂਡਓਵਰ ਜਿਹੜਾ ਹੋਊਗਾ ਤੁਸੀਂ ਅੱਗੇ ਕੇਸ ਨਹੀਂ ਕਰੋਗੇ ਇਹ ਹੈਂਡਓਵਰ ਕਰੋਗੇ ਸਾਡੇ ਜਿਹੜਾ ਕਿ ਵਕਫ ਬੋਰਡ ਦੇ ਇਸ ਕਰਕੇ ਸਾਡੇ ਨਗਰ ਕਾਉਂਸਲ ਚ ਬਹੁਤ ਸਾਰੇ ਬੰਦਿਆਂ ਨੇ ਕਿ ਪ੍ਰਾਈਮ ਪ੍ਰਾਪਰਟੀ ਆ ਇਹਨੂੰ ਅਸੀਂ ਕੇਸ ਅੱਗੇ ਲੈ ਕੇ ਜਾਵਾਂਗੇ ਜੋੜ ਸੀ ਨੂੰ ਇਸੇ ਕਰਕੇ ਉਹ ਬੰਦ ਪਿਆ ਆ ਔਰ ਮੇਰਾ ਖਿਆਲ ਆ ਅੰਦਾਇਆ ਸਾਹਿਬ ਹੋਣਗੇ ਅਸੀਂ ਬੈਠ ਕੇ ਕੋ ਡਿਸੀਜਨ ਕੋ ਹਾਈ ਕੋਰਟ ਦੀ ਟੀਮ ਕੋ ਵੱਡੇ ਵਕੀਲਾਂ ਸਲਾਹ ਲੈ ਕੇ ਉਹਦਾ ਕੋ ਪ੍ਰੋਪਰ ਮਸਲਾ ਹੱਲ ਕਰਕੇ ਪੈਸੇ ਆਏ ਪਏ ਉਹਦੇ ਹਾਂ ਸਰ ਗੱਲ ਕਰੀਏ 20 ਦਿਨ ਦੀ ਕਿਉਂਕਿ ਲਗਭਗ 20 ਦਿਨ ਦਾ ਸਮਾਂ ਮਿਲਣਾ ਡਾਕਟਰ ਸਾਹਿਬ ਨੂੰ ਆਪਣਾ ਚੋਣ ਪ੍ਰਚਾਰ ਕਰਨ ਦਾ ਜਾਂ ਲੋਕਾਂ ਦੇ ਨਾਲ ਵਿਚਰਨ ਦਾ ਉਹਦੇ ਵਿੱਚ ਆਪਾਂ ਇਹ ਵੀ ਗੱਲ ਕਰ ਸਕਦੇ ਵੀ ਕੁਝ ਦਿਨ ਤਾਂ ਮਨੋਂ ਦੇ ਵਿੱਚ ਭੈਣਾ ਭਰਾਵਾਂ ਨੂੰ ਮਨੋਂ ਦੇ ਵਿੱਚ ਹੀ ਲੰਘੇ 20 ਦਿਨ ਦਾ ਸਫ਼ਰ ਤੇ 10 ਸਾਲ ਦਾ ਵਡਾਲਾ ਸਾਹਿਬ ਦਾ ਸਫ਼ਰ ਇਹਨੂੰ ਕਿੱਦਾਂ ਬਰਾਬਰੀ ਤੇ ਲਿਆਉਣਗੇ ਜੀ ਡਾਕਟਰ ਸਾਹਿਬ ਸਾਰੀ ਟੀਮ ਕਾਂਗਰਸ ਦੀ ਦਈਆ ਸਾਹਿਬ ਦੇ ਨਾਲ ਆ ਜੀ 4 ਘੰਟੇ ਸਾਡੇ ਸਾਰੇ ਬੰਦੇ ਜਿਹੜੇ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਆ ਗਏ ਜੀ ਔਰ ਬਹੁਤ ਲੰਬਾ ਟਾਈਮ ਨਹੀਂ ਲੱਗਿਆ ਮਨਾਉਣ ਨੂੰ ਸਾਨੂੰ ਕੋਈ ਟਾਈਮ ਨਹੀਂ ਲੱਗਾ ਇੱਕ ਦਿਨ ਦੇ ਵਿੱਚ ਸਾਰੇ ਸਾਡੇ ਸਾਥੀ ਮਾੜਾ ਮੋਟਾ ਮੰਨ ਮਟਾ ਅਸੀਂ ਭੈਣ ਭਰਾਵਾਂ ਦਾ ਘਰ ਵਿੱਚ ਬੈਠ ਕੇ ਹੋ ਗਿਆ ਵੱਡੀ ਗੱਲ ਨਹੀਂ ਹੈਗੀ ਸਾਰਾ ਹੋ ਗਿਆ ਇੱਕ ਦਿਨ ਵਿੱਚ ਸਾਰਾ ਸੌਟ ਆਊਟ ਹੋ ਗਿਆ ਸੀ ਸਰ ਗੱਲ ਕਰੀਏ ਤੁਸੀਂ ਵੀ ਬੀਰਪਿੰਡ ਤੋਂ ਬਿਲੋਂਗ ਕਰਦੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਵੀ ਬੀਰਪਿੰਡ ਤੋਂ ਬਿਲੋਂਗ ਕਰਦੇ ਨੇ ਕਿਵੇਂ ਦੇਖਦੇ ਹੋ ਵੀ ਉਹ 18 ਸਾਲ ਸਰਪੰਚ ਰਹੇ ਨੇ ਜਾਂ 15 ਸਾਲ ਸਰਪੰਚ ਰਹੇ ਨੇ ਪਿੰਡ ਦੇ ਤਾਂ ਪਿੰਡ ਦਾ ਵਿਕਾਸ ਕਰਾਉਣ ਦੇ ਵਿੱਚ ਕਾਮਯਾਬ ਹੋਏ ਆ ਵੀ ਜਿਹੜਾ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਆਪਣਾ ਕੈਂਡੀਡੇਟ ਐਮਐਲਏ ਕੈਂਡੀਡੇਟ ਐਲਾਨਤਾ ਜੀ ਜਿਹੜਾ ਪਿੰਡ ਦਾ ਵਿਕਾਸ ਆ ਪਹਿਲਾਂ ਜੋ ਹੋਇਆ ਸਲੋ ਸੋ ਚੱਲਦਾ ਪਰ ਜਿਹੜੇ ਪਿਛਲੇ 5 ਸਾਲ ਦੇ ਵਿੱਚੋਂ ਜੀ ਲਗਭਗ ਪੌਣੇ 2 ਕਰੋੜ ਦੀ ਮੈਂ ਪਿੰਡ ਵਿੱਚ ਸੜਕ ਬਣਾਈ ਬੰਦਿਆਂ ਸਾਰੀ ਜੀ ਔਰ 54 ਲੱਖ ਰੁਪਏ ਮੈਂ ਪਿੰਡ ਚ ਐਂਟਰਲੋਕਿੰਗ ਲਵਾਈ ਜਿਹੜੇ ਪਿੰਡ ਦੀ ਹੈ ਅਸੀਂ ਡਵੈਲਪਮੈਂਟ ਮੈਂ ਕਰਵਾਈ ਆ ਠੀਕ ਆ ਉਹ ਆਪਣੇ ਸਮੇਂ ਜੋ ਕੀਤਾ ਉਹ ਠੀਕ ਆ ਪਰ ਮੈਂ ਜਿਹੜੀ ਮੇਰ ਕੋ ਜਦੋਂ ਪਾਵਰ ਆਈ ਪ੍ਰਮਾਤਮਾ ਨੇ ਦਿੱਤੀ ਤੇ ਮੈਂ ਬਹੁਤ ਵੱਡੇ ਪੱਧਰ ਤੇ ਵੱਡੀਆਂ ਸੜਕਾਂ ਵੀਰਪਿੰਡ ਨੂੰ ਬਣਾਈਆਂ ਔਰ ਆਪਣੇ ਵੀਰਪਿੰਡ ਨੂੰ ਇੱਕ ਸ਼ਹਿਰ ਦੀ ਸਹੂਲਤਾਂ ਦਿੱਤੀਆਂ ਸਰ ਗੱਲ ਕਰੀਏ ਬਰਾੜ ਸਾਹਿਬ ਦੀ ਤਾਂ ਉਹ ਬਰਾੜ ਸਾਹਿਬ ਕਿਉਂ ਨਕਉਦਰ ਹਲਕਾ ਛੱਡ ਕੇ ਇੱਕ ਵਾਰ ਫੇਰ ਕੈਂਟ ਦੇ ਵਿੱਚ ਚਲੇ ਗਏ ਜੀ ਕੀ ਦੇਖਦੇ ਹੋ ਕਿਉਂਕਿ ਕਾਫੀ ਸਮਾਂ ਤੁਸੀਂ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਸੀ ਬਰਾੜ ਸਾਹਿਬ ਦੀ ਮਾਂ ਪਾਰਟੀ ਅਕਾਲੀ ਦਲ ਸੀ ਜੀ ਔਰ ਆਪਣੀ ਮਾਂ ਪਾਰਟੀ ਜੀ ਵਾਪਸ ਚਲ ਗਿਆ ਪਤਾ ਨਹੀਂ ਉਹਦੇ ਮਨਚ ਕੀ ਕਰਨਾ ਸੀ ਤਾਂ ਕਿਹਾ ਸੀ ਤੁਹਾਡੇ ਜਿੱਤੇ ਜਤਾਂ ਤੁਸੀਂ ਸਾਰਾ ਕੁਝ ਆਪਣਾ ਸੈਟਿੰਗ ਹੈਗੀ ਤੁਸੀਂ ਰੁਕ ਜਾਓ ਜੀ ਪਰ ਪੋਲਿਟੀਕਲ ਤੌਰ ਤੇ ਉਹਦਾ ਕੁਝ ਡਿਫਰੈਂਸ ਸਮਝਦਾ ਸਾਬ ਉਹਨਾਂ ਪੈਦਾ ਹੋ ਗਿਆ ਇਸ ਕਰਕੇ ਉਹ ਪਾਰਟੀ ਛੱਡ ਗਏ ਆਪਣੀ ਮਾਂ ਪਾਰਟੀ ਵਿੱਚ ਵਾਪਸ ਕਾਲੀ ਦਲ ਚਲ ਗਏ ਜੀ ਧੰਨਵਾਦ ਜੀ ਸੋ ਦੋਸਤੋ ਇਹ ਸਨ ਜਸਵੀਰ ਸਿੰਘ ਉਪਲ ਸਾਹਿਬ ਜਿਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਇਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜਿਹੜੀ ਕਾਂਗਰਸ ਪਾਰਟੀ ਆ ਇਹਦੇ ਵਿੱਚ ਕੋਈ ਧੜੇਬੰਦੀ ਨਹੀਂ ਹੈ ਇੱਕ ਸਰ ਸਵਾਲ ਹੋਰ ਕਰਨਾ ਚਾਹੂੰਗਾ ਐਜ਼ ਅ ਸੀਐਮ ਕੈਂਡੀਡੇਟ ਕਿਹਨੂੰ ਦੇਖਣਾ ਚਾਹੁੰਦੇ ਆ ਸਿੱਧੂ ਸਾਹਿਬ ਜਾਖੜ ਪੰਜਾਬ ਦੇ ਲੋਕ ਮੈਂ ਹੀ ਨਹੀਂ ਪੰਜਾਬ ਦੇ ਲੋਕ ਸਾਰੇ ਅੱਜ ਇੱਕ ਆਮ ਇਨਸਾਨ ਨੂੰ ਸਾਡੇ ਤੁਹਾਡੇ ਚ ਉੱਠ ਕੇ ਜਿਹੜੇ ਕੰਧਿਆ ਬਰੇਰੇ ਬੈਠਣ ਵਾਲਾ ਮੁੱਖ ਮੰਤਰੀ ਸਰ ਚੰਨਜੀਤ ਸੰਨੀ ਚੰਨੀ ਅਨੁਸਾਰ ਭੱਜਣ ਚਾਹੁੰਦਾ ਕਿ ਉਹ ਸੀਐਮ ਹੋਣ ਹਾਡੇ ਲੋਕਾਂ ਦੇ ਮਸਲੇ ਹੱਲ ਕਰਨ ਜੀ ਧੰਨਵਾਦ ਜੀ ਕੈਮਰਾ ਪਰਸਨ ਸਾਹਿਲ ਦੇ ਨਾਲ लवली ਕੁਮਾਰ ਸਾਈ ਨੀ ਟੀਵੀ ਨੂਰਵਲ ਸੰਤਾਨ ਪ੍ਰਾਪਤੀ ਕਾਰੋਬਾਰ ਵਿੱਚ ਕਟਾ ਵਿਦੇਸ਼ ਯਾਤਰਾ ਵਿੱਚ ਦੇਰੀ ਪਤੀ ਪਤਨੀ ਵਿੱਚ ਕਲੇਸ਼ ਪੜਾਈ ਵਿੱਚ ਮਨ ਨਾ ਲੱਗਣਾ ਫ੍ਰੇਮ ਵਿਆਹ sirena ਚੜਨਾ ਕੋਟ ਕਚੈਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬशीर ਖਾਨ ਜੀ ਕੋਲ ਇੱਕ ਵਾਰ ਫੋਨ ਜ਼ਰੂਰ ਕਰੋ ਤੁਹਾਡਾ ਇੱਕ ਫੋਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇਕ ਵਾਰ ਜ਼ਰੂਰ ਸੰਪਰਕ ਕਰਨ ਹੁਣ ਸੁਪਨੇ ਦੇਖਣਾ ਛੱਡੋ ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ ਫੋਨ ਨੰਬਰ 9915043150